ਜਗ ਤੁਮੇ ਮੋਟੀਵੇਸ਼ਨਲ ਸਪੀਕਰ ਸੈਇਦ ਕਾਸਮ ਅਲੀ ਸ਼ਾਹ ਹੋਰਾਂ ਪੰਜਾਬੀ ਰੈਤਲ ਤੇ ਬੋਲੀ ਦੀਆਂ ਤਹਿਰੀਕਾਂ ਦੇ ਮਰਕਜ਼ ਪੰਜਾਬ ਹਾਊਸ ਦਾ ਦੌਰਾ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਉੱਤੇ ਉਹਨਾਂ ਨੂੰ ਪੰਜਾਬੀ ਯੂਨੀਅਨ ਦੇ ਚੇਅਰਮੈਨ ਮੁੰਦਰਸ ਇਕਬਾਲ ਬੱਟ ਹੋਰਾਂ ਜੀ ਆਇਆਂ ਨੂੰ ਆਖਿਆ ਤੇ ਉਹਨਾਂ ਦੀ ਮਾਂ ਬੋਲੀ ਸੇਵਾ ਨੂੰ ਸਰਾਇਆ ਮੈਂ ਚੁੱਕੀ ਪਿਛਲੇ ਹਫਤੇ ਸ਼ਾਹ ਸਾਹਿਬ ਜੀ ਨਿਆਜ਼ ਅਸਲ ਕਰਾਣੇ ਦੇ ਦਫ਼ਤਰ ਗਿਆ ਤੇ ਇਹਨਾਂ ਪੰਜਾਬੀ ਦੇ ਹਵਾਲੇ ਨਾਲ ਬੜੇ ਅੱਛੇ ਖਿਆਲਾਤ ਦਾ ਇਜ਼ਹਾਰ ਕੀਤਾ ਯਕੀਨਨ ਅਸੀਂ ਅੱਜ ਇਹ ਮਹਿਸੂਸ ਕਰ ਲਿਆ ਕਿ ਸ਼ਾਹ ਸਾਹਿਬ ਅੱਛੀ ਪੰਜਾਬੀ ਬੋਲਦੇ ਨੇ ਹੁਣ ਸਹੀ ਸਾੜੀ ਖਾਸ਼ ਔਰ ਕੋਸ਼ਿਸ਼ ਅਨiyet ਹੋਏਗੀ ਕਿ ਅਸੀਂ ਆਇਂਦਾ ਇਹਨਾਂ ਦੇ ਹਵਾਲ ਨਾਲ ਪੰਜਾਬੀ ਪ੍ਰੋਗਰਾਮ ਆਰਗੇਨਾਈਜ਼ ਕਰ ਦਈਏ ਔਰ ਇਹਨਾਂ ਕੋਲੋਂ ਪੰਜਾਬੀ ਨੌਜਵਾਨ نسل ਤੱਕ ਪੰਜਾਬੀ ਪਛਾਣ ਇਹਨਾਂ ਦੇ ਰਣਮੈ ਤੇ ਮਾਨ ਤਸਲ ਕਰੀਏ ਪੰਜਾਬੀ ਯੂਨੀਅਨ ਦੇ ਸਦਰ ਨਦੀਮ ਰਜ਼ਾ ਹੋਰਾਂ ਕਾਸਮ ਅਲੀ ਸ਼ਾ ਹੋਰਾਂ ਬਾਰੇ ਗੱਲਬਾਤ ਕਰਦੇ ਆ ਉਹਨਾਂ ਨੂੰ ਨਵੀਂ نسل ਨਾਲ ਜੁੜਤ ਰੱਖਣ ਵਾਲਾ ਅਜਾਇ ਸੂਜਵਾਨ ਦੱਸਿਆ ਜੋ ਗੁੰਝਲਕ ਮਸਲਿਆਂ ਦੀਆਂ ਉਲਝਨਾ ਬੜੀ ਆਸਾਨੀ ਨਾਲ ਸੁਲਝਾ ਦਿੰਦੇ ਨੇ ਸ਼ਾਜੀ ਮਸ਼ਾਅੱਲਾ ਬਹੁਤ ਵੱਡਾ ਨਾਮ ਨੇ ਕਾਸਮ ਅਲੀ ਸ਼ਾ ਜਦ ਅਸੀਂ ਤਸੱਵੁਫ ਦੇ ਅੱਜ ਦੇ ਚਿਹਰੇ ਦੀ ਗੱਲ ਕਰਦੇ ਹਾਂ ਤੇ ਸਾਨੂੰ ਸਰਫਰਾਜ਼ ਸ਼ਾਹ ਸਾਹਿਬ, ਕਾਸਿਮ ਅਲੀ ਸ਼ਾਹ ਸਾਹਿਬ, ਰਫੀਕ ਸਾਹਿਬ ਇਹ ਲੋਕ ਨਜ਼ਰ ਆਉਂਦੇ ਨੇ ਲੇਕਿਨ ਜਿਸ ਤਰ੍ਹਾਂ ਯੂਥ ਨੂੰ ਸਾਡੀ ਨੌਜਵਾਨ نسل ਨੂੰ ਸ਼ਾਹੀ ਨੇ ਮੋਟੀਵੇਟ ਕੀਤਾ ਜਾਂ ਇਹਨਾਂ ਦੀ ਰਹਿਨਮਾਈ ਕੀਤੀ ਉਹ ਬੜੀ ਵੱਡੀ ਗੱਲ ਹੈ ਅਸਲ 'ਚ ਫਿਕਰ ਤੇ ਸ਼ਾਇਦ ਰੱਬ ਤਾਲਾ ਨੇ ਹਰ ਜ਼ਾਤ ਦੇ ਅੰਦਰ ਰੱਖੀ ਹੈ ਅਸਲ ਗੱਲ ਉਹਦਾ ਇਜ਼ਹਾਰ ਕਰਨਾ ਹੈ ਔਰ ਇਸ ਹਾਰ ਕਰਕੇ ਜਿਹੜਾ ਉਹ ਗੁਫ਼ਤਗੂ ਸੁਣ ਰਿਹਾ ਹੈ ਉਹਦੀ ਸੋਚ ਦੇ ਦਰਵਾਜ਼ੇ ਤੇ ਜਾ ਕੇ دستਕ ਦੇ ਕੇ ਉਹ ਦਰਵਾਜ਼ਾ ਖੁਲਵਾ ਲੈਣਾ ਹੈ ਤੇ ਇਹ ਹੁਨਰ ਜਿਹੜਾ ਹੈ ਇਹ ਕਾਸਿਮ ਅਲੀ ਸ਼ਾਹ ਸਾਹਿਬ ਨੂੰ ਸਾਡੀ ਜਿਹੜੀ نسل ਵੇਖਦੀ ਹੈ ਸਾਡੇ ਤੋਂ ਇਹ ਤੇ ਮਾਸ਼ਾਅੱਲਾ ਜਵਾਨ ਨੇ ਔਰ ਪੰਜਾਬੀ ਚ ਤੇ ਇਹ ਦੁਆ ਬੜੀ ਜ਼ਬਰਦਸਤ ਹੈ ਕਿ ਸ਼ਾਲਾ ਰਵੇ ਜਵਾਨ ਵੇ ਸਜਣਾ ਕਸਮ ਅਲੀ ਸ਼ਾਹ ਹੋਰਾਂ ਆਪਣੇ ਰਵਾਇਤੀ ਤੇ ਮਨ ਕਿਚਵੇਂ ਅੰਦਾਜ਼ ਚ ਗੱਲਬਾਤ ਕੀਤੀ ਤੇ ਮਹਿਫਲ ਨੂੰ ਮੁਹੱਬਤਾਂ ਦੀ ਦੁਨੀਆ ਚ ਲੈ ਗਏ ਜਿੱਥੇ ਰੂਹ ਨੂੰ ਸਕੂਨ ਤੇ ਦਿਲ ਨੂੰ ਇੱਕ ਖਾਸ ਸੂਫੀਆਨਾ ਕੈਫੀਅਤ ਦਾ ਅਹਿਸਾਸ ਮਿਲਦਾ ਹੈ ਇਹ ਕਮਾਲ ਖੂਬੀ ਮੈਂ ਬੜਸਾ ਬੁਝ ਦੇਖੀ ਕਿ ਇੱਕ ਤੇ ਉਹ ਸੋਸ਼ਲ ਹੁੰਦੇ ਨੇ ਸਭ ਦੇ ਸਭ ਲੋਕ ਔਰ ਦੂਸਰੀ ਜਿਹੜੀ ਖਾਸ ਗੱਲ ਦੇਖੀ ਉਹਨਾਂ ਦੀ ਜ਼ਿੰਦਗੀ ਚ ਕੋਈ ਨਾ ਕੋਈ ਕੰਮ ਦਾ ਇਸ਼ਕ ਐਸਾ ਹੁੰਦਾ ਉਹ ਕੰਮ ਉਹਨਾਂ ਨੂੰ ਜਵਾਨ ਰੱਖਦਾ ਹੈ ਉਹ ਕੰਮ ਉਹਨਾਂ ਨੂੰ ਤਾਜ਼ਾ ਰੱਖਦਾ ਹੈ ਕੀ ਬਾਤ ਉਹ ਕਮ ਦੇ ਗਿਰਦ ਮੇਲਾ ਲੱਗਦਾ ਮੈਂ ਐਵੀ ਗੱਲ ਮੇਰੀ ਹੈ ਕਿਉਂਕਿ ਰਿਕਾਰਡ ਹੋ ਰਹੀ ਹੈ ਤੇ ਓਨ ਰਿਕਾਰਡ ਰੱਖ ਲਈਤੀ ਜਾਏ ਹਮੇਸ਼ਾ ਵਸਤੇ ਮੈਂ ਆਰਟ ਐਂਡ ਕਲਚਰ ਤੇ ਸਾਰੇ ਲਿਖਣ ਪੜਨ ਦੇ ਮਾਮਲੇ ਨੂੰ ਜਿੰਨਾ ਵੀ ਜਾਣਨਾ ਮੇਰੀ ਉਮਰ ਜਿੰਨੀ ਵੀ ਕਮ ਅਸ ਕਮ ਮੇਰੇ ਤਜਰਬੇ ਦੇ ਮੁਤਾਬਕ ਇੰਨਾ ਕਮ ادارے ਨੇ ਨਹੀਂ ਕੀਤਾ ਜਿੰਨਾ WhatsApp ਨੇ ਕੀਤਾ ਕਿ ਮੈਂ ਆਪੇ ਇੱਕ ادارے ਦਾ ਮੈਂ ਚੇਅਰਮੈਨ ਰਿਹਾ ਹਾਂ ਆਰਟਸ ਮਹੀਨੇ ਮੈਂ ਉੱਥੇ ਸਰਵ ਕੀਤਾ ਹੈ ਪਬਲਿਕ ਸੈਕਟਰ ਨੂੰ ਮੈਂ ਜਾ ਕੇ ਸਮਝਿਆ ਉਹ ਦੂਰੋਂ ਦਿਖਣ ਨੂੰ ਕੁਝ ਹੁੰਦਾ ਹੈ ਕਰੀਬ ਜਾ ਕੇ ਪਤਾ ਲੱਗਦਾ ਹਕਾਇਕ ਕੋ ਜੋੜ ਨੇ ਬੜਾ ਦੁੱਖ ਹੁੰਦਾ ਹੈ ਇਦਾਰਿਆਂ ਦੇ ਵਿੱਚ ਸਵਾ ਸਵਾ 200 ਬੰਦਾ ਮੌਜੂਦ ਏ ਐਮਲ ਹਮਰਾ ਦਾ ਚੇਅਰਮੈਨ ਹੈ ਸਵਾ 200 ਬੰਦਾ ਬਾਟ ਸਾਹਿਬ ਇਹ ਤੁਹਾਡਾ ਮੇਰਾ ਦੁੱਖ ਹੈ ਅੰਦਾਜ਼ਾ ਲਾਓ ਸਵਾ 200 ਬੰਦਾ ਉੱਥੇ ਮੌਜੂਦ ਤੇ ਤੀਲਾ ਵੀ ਨਹੀਂ ਤੋੜਦੇ ਕਸਮ ਰਿਸ਼ਾ ਹੋਰ ਨਾਲ ਇਹ ਮੁਲਾਕਾਤ ਮੁੱਤਾਂ ਯਾਦ ਰਵੇਗੀ ਤੇ ਰਲਤਿਆਂ ਨੂੰ ਇਹਦੀ ਮਿੱਠੀ ਮਿੱਠੀ ਯਾਦ ਮੁਹੱਬਤ ਦੀ ਮਹਿਕਾਰ ਬਣ ਕੇ ਆਪਣੇ ਹਸਾਰ ਚਲਾਈ ਰੱਖੇਗੀ